ਹੈਲੋ ਐਵਰੀਵਨ, ਅੱਜ ਆਪਾਂ ਗੱਲ ਕਰਾਂਗੇ ਯੂਐਸਏ ਸਟੱਡੀ ਵੀਜ਼ਾ ਦੇ ਵਿੱਚ ਜੋ ਐਪਲੀਕੈਂਟਸ ਮਾਸਟਰਸ ਪ੍ਰੋਗਰਾਮ ਦੇ ਵਿੱਚ ਜਾਣਾ ਚਾਹੁੰਦੇ ਆ। ਮਾਸਟਰਸ ਪ੍ਰੋਗਰਾਮ ਲਈ ਬਹੁਤ ਅੱਛੀਆਂ ਓਪਰਚੁਨਿਟੀਜ਼ ਹੈ ਇਸ ਟਾਈਮ ਯੂਐਸਏ ਦੇ ਵਿੱਚ। ਮੋਰ ਓਵਰ ਇਹ ਕਾਫੀ ਅੱਛੀ ਸਕਾਲਰਸ਼ਿਪਸ ਨਾਲ ਅਵੇਲੇਬਲ ਆ। ਐਂਡ ਅਨਦਰ ਥਿੰਗ ਇਜ਼, ਇਹਨਾਂ ਮਾਸਟਰਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੋ ਇੰਟਰਨਸ਼ਿਪ ਆ ਉਹ ਵੀ ਕਾਫੀ ਅੱਛੀ ਈਜ਼ੀ ਅਵੇਲੇਬਲ ਹੋ ਜਾਂਦੀ ਹੈ। ਅਗਰ ਆਪਾਂ ਗੱਲ ਕਰੀਏ ਜੋ ਐਪਲੀਕੈਂਟ ਸਟੈਮ ਬੈਕਗਰਾਊਂਡ ਤੋਂ ਆ, ਫੋਰ ਐਗਜ਼ਾਮਪਲ ਮੈਡੀਕਲ ਐਂਡ ਨੋਨ ਮੈਡੀਕਲ ਬੈਕਗਰਾਊਂਡ ਤੋਂ, ਤਾਂ ਉਹਨਾਂ ਨੂੰ ਮਾਸਟਰਸ ਪ੍ਰੋਗਰਾਮ ਦੇ ਵਿੱਚ ਜੋ ਯੂਨੀਵਰਸਿਟੀ ਆ ਉਹ ਨੀਅਰ ਅਬਾਊਟ $10,000 ਤੇ ਅਵੇਲੇਬਲ ਹੋ ਜੂਗੀ ਫੋਰ ਈਅਰਲੀ। ਦੈਟ ਮੀਨਸ ਤੁਸੀਂ ਯੂਐਸਏ ਦੇ ਵਿੱਚ ਜਸਟ 6 ਮੰਥ ਦੀ ਫੀ ਪੇ ਕਰਨੀ ਹੁੰਦੀ ਹੈ, ਜਿਸ ਨਾਲ ਤੁਹਾਨੂੰ ਯੂਐਸਏ ਦਾ ਸਟੱਡੀ ਵੀਜ਼ਾ ਮਿਲ ਜਾਂਦਾ। ਅਗਰ ਇਹਨੂੰ ਆਪਾਂ ਰਫਲੀ ਕੈਲਕੂਲੇਟ ਕਰੀਏ ਤਾਂ ਅਪਰੋਕਸੀਮੇਟਲੀ ਤੁਸੀਂ 6 ਲੱਖ ਦੇ ਅਰਾਊਂਡ ਤੁਹਾਡਾ ਯੂਐਸਏ ਦਾ ਵੀਜ਼ਾ ਡਨ ਹੋ ਜਾਂਦਾ ਹੈਗਾ ਫੋਰ ਅ ਮਾਸਟਰਸ, ਜਿਸ ਦੇ ਵਿੱਚ ਤੁਹਾਡੀ ਸਰਵਿਸ ਫੀ ਐਂਡ ਵੀਜ਼ਾ ਐਪਲੀਕੇਸ਼ਨ ਫੀਸ ਵੀ ਇੰਕਲੂਡ ਹੁੰਦੀ ਹੈ। ਫੋਰ ਮੋਰ ਇਨਫੋਰਮੇਸ਼ਨ ਅਬਾਊਟ ਦਿਸ ਯੂਨੀਵਰਸਿਟੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ, ਕਿਉਂਕਿ ਸਾਡੇ ਕੋਲ ਕਾਫੀ ਅੱਛੀਆਂ ਯੂਨੀਵਰਸਿਟੀਜ਼ ਆ ਮਾਸਟਰਸ ਪ੍ਰੋਗਰਾਮਸ ਦੇ ਲਈ ਜਿਨ੍ਹਾਂ ਦੀ ਫੀਸ ਅਰਾਊਂਡ 10 to 12,000 US dollars ਆ, ਜਿਸ ਕਰਕੇ ਤੁਹਾਡਾ ਜੋ ਯੂਐਸਏ ਦਾ ਵੀਜ਼ਾ ਤੁਹਾਨੂੰ ਕਾਫੀ ਇਕਨੋਮਿਕਲ ਰਹਿੰਦਾ ਐਂਡ ਤੁਸੀਂ ਈਜ਼ੀਲੀ ਆਪਣਾ ਵੀਜ਼ਾ ਅਚੀਵ ਕਰ ਲੈਂਦੇ ਹੋ ਵਿਦਆਊਟ ਐਨੀ ਫਾਈਨੈਂਸ਼ੀਅਲ ਬਰਡਨ। ਫੋਰ ਮੋਰ ਇਨਫੋਰਮੇਸ਼ਨ ਕੰਟੈਕਟ ਅਸ। ਥੈਂਕ ਯੂ।